रागनाद सब सच है, कीमत कही नहीं है। रागे नादे बाहर आए नहीं हुक्म ना बूझ जाए। तन सो राग सुरंगड़े अलापत सब तिख जाए। सच्चे पातशाह गुरु गोबिंद सिंह जी महाराज ने सत्संग जी रबाब सरंदा ताउस फिर वीणा अते तानपुरा ये तंती साज रखे सन, नाल वजदे सन। गुरु गोबिंद सिंह आप गायक सन, गंधर्व गायक सन, और राग दरबार करवाया करते सन। हिंदुस्तान दे सारे सूबियां विच्चों चोटी दे गायकां नूं बुला के ते उन्हां नूं खुला तन चोलियां भर दिंदे सी। तन गुरु गोबिंद सिंह महाराज ऐसा गवैया, ऐसा रसिया, ऐसा सरोता, ऐसा कदरदान कीर्तन दा नहीं लभणा। कलगियां वाले पातशाह जी जदों कीर्तन दरबार करवाया है, राग दरबार करवाया है, असीं राग दरबार कहिंदे आ। वैसे उह कीर्तन दरबार शब्द गाओ राग विच ते उह कीर्तन दरबार है, जे शब्द ना गाओ ते फिर उह राग दरबार है। महाराज गरीब नवाज कीर्तन दरबार शब्द दरबार करवांदे सन रागां विच। सारे गवैये जदों गाटदे सन फिर हथ बन के ते महाराज नूं बेनती कर दिंदे सी, सच्चे पातशाह जी हुण तुसीं कृपा करो सानू भी कुछ सुनाओ, अपनी मुबारक रसना तो सानू भी कुछ सुनाओ। सच्चे पातशाह फिर उन्हां दी बेनती मन के स्टेज ते आउंदे सन। धन गुरु गोबिंद सिंह जी उन्हां दे नाल जोड़ी वजदी सी, पखावज वजदा सी, ढोलक वजदी सी, तबला वजदी सी। इधर रवाब सरंदा ताउस तानपुरा ते वीणा ये महाराज दे साज ने, ਇਹ ਵੱਜਦੇ ਸਨ। ਪੰਜ ਰਿਦਮ ਵਾਲੇ ਤੇ ਪੰਜ ਤੰਤੀ ਤੇ ਪੰਜ ਗਵੱਈਏ ਮਹਾਰਾਜ ਨਾਲ ਅਲਾਪ ਕਰਨ ਵਾਲੇ ਸਨ। 15 ਤੇ 16 ਗੁਰੂ ਗੋਬਿੰਦ ਸਿੰਘ ਜੀ ਆਪ ਹੁੰਦੇ ਸਨ। ਜਦੋਂ ਕੀਰਤਨ ਦਰਬਾਰ ਹੁੰਦਾ ਹਿਸਾਬ ਲਾ ਲਓ ਕਿਆ ਆਨੰਦ ਆਉਂਦਾ ਹੋਵੇਗਾ। ਸਾਰੇ ਗਾਇਕ ਗਾ ਕੇ ਹਟ ਗਏ ਤੇ ਉਹਨਾਂ ਨੇ ਸਾਰਿਆਂ ਨੇ ਮਹਾਰਾਜ ਨੂੰ ਕਿਹਾ, ਸੱਚੇ ਪਾਤਸ਼ਾਹ ਤੁਸੀਂ ਸੁਣਾਓ ਸਾਨੂੰ, ਆਪ ਨਿਹਾਲ ਕਰੋ, ਸਾਡੀ ਬਿਨੇ ਪ੍ਰਵਾਨ ਕਰੋ। ਹੁਣ ਸੱਚੇ ਪਾਤਸ਼ਾਹ ਸਟੇਜ 'ਤੇ ਆਏ ਨੇ ਤੇ ਉਹਨਾਂ ਨੇ ਫਿਰ ਇੱਕ ਧਰੁਪਦ ਗਾ ਕੇ ਜਿਸਨੂੰ ਖਿਆਲ ਬਾਦਸ਼ਾਹੀ ਦਸਵੀਂ ਕਿਹਾ, ਮੈਂ ਉਹ ਤੁਹਾਨੂੰ ਸੁਣਾ ਕੇ ਉਸ ਤੋਂ ਬਾਅਦ ਮੈਂ ਫਤਿਹ ਬੁਲਾਵਾਂਗਾ, ਕਿਉਂਕਿ 1 ਘੰਟੇ ਤੋਂ ਵੱਧ ਮੇਰੇ ਕੋਲ ਕੀਰਤਨ ਹੁੰਦਾ ਨਹੀਂ ਅੱਜ ਕੱਲ੍ਹ। ਜਦੋਂ ਮੈਂ ਦਰਬਾਰ ਸਾਹਿਬ ਕੀਰਤਨ ਕਰਦਾ ਸਾਂ ਇੱਥੇ 2-2 ਘੰਟੇ ਵੀ ਚੌਂਕੀ ਹੁੰਦੀ ਸੀ ਅਤੇ 2 ਘੰਟੇ ਇੱਕੋ ਹੀ ਸ਼ਬਦ ਚੱਲਦਾ ਹੁੰਦਾ ਸੀਗਾ। ਸੰਗਤਾਂ ਨੂੰ ਪਤਾ ਜਿਹੜੇ ਸੁਣਦੇ ਸਨ, ਜੋ ਸ਼ਬਦ ਸ਼ੁਰੂ ਹੋਣਾ ਉਹ ਸ਼ਬਦ ਸਮਾਪਤੀ ਉਦੋਂ ਹੁੰਦਾ ਸੀ ਜਦੋਂ ਘੜੀ ਕਹਿੰਦੀ ਸੀ ਹੁਣ ਭੋਗ ਪਾ ਦੇ ਅਤੇ ਮੈਂ ਸਮਾਪਤੀ ਕਰਕੇ, ਯਾਨੀ ਇਹਨਾਂ ਸ਼ਬਦ ਵਿੱਚ ਲੀਨ ਹੋ ਜਾਂਦਾ ਸੀਗਾ ਮਨ। ਹੁਣ ਮੈਂ ਅੱਜ ਕੱਲ੍ਹ ਉਮਰ ਦਾ ਹਿਸਾਬ ਕਿਤਾਬ ਆ ਤਾਂ ਮੈਂ ਜ਼ਿਆਦਾ ਨਹੀਂ ਕੀਰਤਨ ਕਰ ਸਕਦਾ, ਖਿਮਾ ਦਾ ਜਾ ਚੁੱਕਾ। 10 ਮਿੰਟ ਮੈਂ ਹੋਰ ਤੁਹਾਨੂੰ ਕੀਰਤਨ ਸ਼ਬਦ ਸੁਣਾਵਾਂਗਾ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗਾਇਆ ਹੋਇਆ ਖਿਆਲ ਬਾਦਸ਼ਾਹੀ ਦਸਵੀਂ ਦਾ ਧਰੁਪਦ ਹੈ। ਸਾਧ ਸੰਗਤ ਜੀ ਆਪ ਬੜੇ ਪਿਆਰ ਨਾਲ ਸੁਣਨਾ ਇਸ ਨੂੰ। ਇਹ ਵੀ ਭਾਗਾਂ ਨਾਲ ਹੀ ਪ੍ਰਾਪਤ ਹੁੰਦਾ ਜੇ, ਇਹ ਕੀਰਤਨ ਹਰ ਜਗ੍ਹਾ ਨਹੀਂ ਜੇ ਮਿਲਦਾ। ਗੁਰੂ ਸਾਹਿਬ ਦੀ ਅਪਰੰਪਾਰ ਦਇਆ ਹੋਵੇ, ਮੈਂ ਤੁਹਾਡੇ ਦਰਸ਼ਨ ਕਰਕੇ ਬੜਾ ਪ੍ਰਭਾਵਿਤ ਹੋਇਆ ਔਰ ਤੁਹਾਡੇ ਮੈਂ ਤੁਹਾਡੀਆਂ ਤਾਰੀਫਾਂ ਸੁਣਦਾ ਹੀ ਰਹਿੰਦਾ। ਹੁਣ ਮੈਂ ਇਸ ਕਰਕੇ ਆਪ ਜੀ ਨੂੰ ਧਰੁਪਦ ਦਾ ਸ਼ਬਦ ਸੁਣਾ ਲੈ। ਭਾਈ ਸਾਹਿਬ ਜੀ ਜਰਾ ਵਜਦ ਵਿੱਚ ਆ ਕੇ ਜਰਾ ਸੁਣਾਓ। ਦਾ ਨਾਮ ਹੈ ਭੈਰਵ। ਗੁਰੂ ਮਹਾਰਾਜ ਨੇ ਇਸ ਸ਼ਬਦ ਦਾ ਕੋਈ ਹੈਡਿੰਗ ਨਹੀਂ ਰੱਖਿਆ ਵੀ ਗਵੱਈਏ ਆਪਣੀ ਮਰਜ਼ੀ ਨਾਲ ਜਿਹੜਾ ਮਰਜ਼ੀ ਰਾਗ ਗਾਉਣ ਇਸ ਸ਼ਬਦ ਨੂੰ ਗਾ ਸਕਦੇ ਆ। ਤਾਲ ਖਿਆਲ ਧਰੁਪਦ ਹੋਣਾ ਚਾਹੀਦਾ ਹੈ। Oh, yeah.
ਬਿੰਗ ਕਸਾਈਆਂ ਦਾ। ਬਿੰਗ ਦਾ ਅਰਥ ਹੈ ਸ਼ੁਰਾ, ਕਸਾਈਆਂ ਦਾ ਸ਼ੁਰਾ। ਜਿਹੜਾ ਭਜਨ ਨਾ ਕਰੇ ਉਹਨੂੰ ਵੱਜਦਾ ਹੈ, ਜਿਹੜਾ ਭਜਨ ਕਰੇ ਉਹ ਸ਼ੁਰਾ ਉਹਦੇ ਲਾਗੇ ਦੀ ਆਉਂਦਾ, ਉਹਨੂੰ ਗੁਰੂ ਸਾਹਿਬ ਦਾ ਪਿਆਰ ਉਹਦੇ ਗਲ ਚ ਪੈਂਦਾ, ਗਲ ਵੱਕੜੀ ਪੈਂਦੀ ਹੈ, ਗੁਰੂਆਂ ਜੀ ਦੀ ਮੁਹੱਬਤ ਪ੍ਰਾਪਤ ਹੁੰਦੀ। ਦਿਲੋਂ ਮੁਹੱਬਤ ਜਿਨ ਸੇ ਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਉਹਨਾਂ ਨੂੰ ਸੁਰੇ ਵੱਜਦੇ ਨੇ। ਪਿਆਰੀ ਸਾਧ ਸਿੰਘ ਜੀ, ਹਾਂਜੀ ਹਾਂ।